ਜਲੰਧਰ ਕੈਂਟ ਦੇ ਦੀਪਨਗਰ ਦੀ ਨਾਂਦੇ ਅਜੀਤ ਪੈਲਸ ਵਾਲੀ ਗਲੀ ਅਤੇ ਗਵਾਲਾ ਵਾਲੀ ਗਲੀ ਵਿੱਚ ਸੀਵਰੇਜ ਦੀ ਬਲੋਕੇਜ ਕਾਰਨ ਲੋਕ ਕਈ ਦਿਨਾਂ ਤੋਂ ਪਰੇਸ਼ਾਨ ਸਨ। ਲੋਕਾਂ ਨੇ ਆਪਣੀ ਸਮੱਸਿਆ ਸਮਾਜ ਸੇਵਕ ਅਜੇ ਕੁਮਾਰ ਪੀਵਲ ਨੂੰ ਦੱਸੀ, ਜਿਸ ਤੋਂ ਬਾਅਦ ਅਜੇ ਪੀਵਲ ਨੇ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸੀਵਰੇਜ ਕਰਮਚਾਰੀਆਂ ਨੂੰ ਬੁਲਾ ਕੇ ਸੀਵਰੇਜ ਦੀ ਸਫਾਈ ਕਰਵਾਈ। ਇਸ ਮੌਕੇ ਇਲਾਕਾ ਵਾਸੀਆਂ ਨੇ ਅਜੇ ਪੀਵਲ ਦਾ ਧੰਨਵਾਦ ਕੀਤਾ। ਮੈਂ ਰੀਟਾ ਬਸਦੇਵ, ਦੀਪਨਗਰ ਨਿਵਾਸੀ, और हमारा ये पूरा सीवरेज का वो सारा ब्लॉक हो गया था। अजय प्रधान ने सारा कुछ 3-4 दिनों में सारा खुलाया। अभी हम सुखी से हैं, हम सब मतलब उनके धन्यवाद करते हैं।